ਪੰਜਾਬ ਸਰਕਾਰ ਨੇ ਐਲਾਨ ਕੀਤਾ ਜਿਹਦੇ ਵਿੱਚ 10000 ਪੋਸਟ ਭਰਨੀਆਂ ਪੁਰਸ ਮਹਿਕਮੇ ਦੇ ਵਿੱਚ ਬਹੁਤ ਲੋਕ ਆਉਣਗੇ ਵੀ ਮੰਤਰੀ ਮੇਰਾ ਮਾਮਾ ਹੈ ਮੰਤਰੀ ਮੇਰਾ ਮਾਸੜਾ ਹੈ ਮੇਰੀ ਸੀਐਮ ਸਾਹਿਬ ਸੈੱਤੀ ਹੈ ਮੇਰੀ ਡੀਜੀਪੀ ਨਾਲ ਸੈੱਤੀ ਹੈ ਕਿਸੇ ਦੀ ਬ੍ਰੇਕ ਕਿਸੇ ਨਾਲ ਕੋਈ ਸੈੱਤੀ ਨਹੀਂ ਸਿਰਫ ਇੱਕ ਸੁੱਤੋਂ ਪੈਸੇ ਲੈਣ ਦਾ ਜਰੀਆ ਬਣ ਗਏ ਜਿਹੜੇ ਏਜੰਟ ਨੇ ਸਾਡੇ ਜੀ ਤੇ 10 ਬੰਦੇ ਏਜੰਟ ਨੇ ਇਹ ਹੀ ਦੇਖਣੇ ਨੇ ਵੀ ਯਾਰ ਹਾਂ ਆ ਬੰਦਾ ਆਪਣੇ ਦਿੱਤਾ ਇਹ ਭਰਤੀ ਹੋ ਸਕਦਾ ਉਹਦੇ ਨਾਲ ਪੈਸੇ ਕਰ ਲਊਗਾ ਜੀ ਨੀ ਦੇਖ ਲੈਂਦੇ ਉਹ ਆਪ ਵੀ ਫਿੱਟ ਦੇਖ ਲੈਂਦੇ ਨੇ ਵੀ ਇਹ ਲੱਗ ਜਾਊਗਾ ਹਾਂ ਉਹ ਹਫਤੇ ਆਪ ਦੇਖ ਲੈਂਦੇ ਨੇ ਵੀ ਯਾਰ ਇਹ ਬੰਦਾ ਭਰਤੀ ਸਕਦਾ ਫਿਰ ਉਹਨੂੰ ਕਹਿਣਗੇ ਦਾ ਯਾਰ ਤੂੰ ਤਾਂ ਲੰਬਾ ਲੂਜਾ ਤੇਰਾ ਤਾਂ ਕੰਮ ਹੋ ਗਿਆ ਉਹ 10 ਬੰਦਿਆਂ ਨਾਲ ਫਾਰਜ ਕਰੋ 10-10 ਲੱਖ ਰੁਪਈਆ ਕਰਦੇ ਆ ਜੀ 1 ਕਰੋੜ ਰੁਪਈਆ ਉਹਦੇ ਵਿੱਚੋਂ ਪੰਜ ਜਾਂ 6 ਬੰਦੇ ਆਟੋਮੈਟਿਕ ਅਬਦੇ ਦੰਗ ਤੇ ਭਰਤੀ ਹੋ ਜਾਣਗੇ ਉਸ ਤੋਂ ਬਾਅਦ ਜਿਹੜੇ ਪੰਜ ਰਹਿ ਗਏ ਉਹਨਾਂ ਤੋਂ ਨੇ 2-2 ਲੱਖ ਰੁਪਈਆ ਕੱਟ ਪਾ ਹਾਂ ਜੀ ਹਾਂ ਵੀ ਯਾਰ ਮੈਂ ਵੀ ਗੱਲ ਮੈਂ ਜੋੜ ਰਾਇਆ ਸੀ ਯਾਰ ਤੇਰਾ ਮੈਡੀਕਲ ਆ ਹੋ ਗਿਆ ਤੇਰਾ ਕਾਗਜ਼ੀ ਪੂਰਾ ਸੀ ਤੇਰਾ ਪੱਤਰ ਨਹੀਂ ਪੂਰਾ ਸੀ ਯਾਰ ਜੀਬ ਹੋ ਹਣਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੇ ਇੱਕ ਬੜੀ ਕਹੀਏ ਕਿ ਸੁਖਾਵੀ ਤੇ ਇੱਕ ਚੰਗੇ ਮੈਸੇਜ ਵਾਲੀ ਖਬਰ ਹੈ ਜਿਹੜੀ ਲੈ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਉਹਦੇ ਵਿੱਚ ਹੈਗਾ ਇਹ ਕਿ ਆਪਾਂ ਦੇਖਦੇ ਹਾਂ ਕਿ ਬਹੁਤ ਸਾਰੇ ਲੋਕ ਚੰਗੀ ਚੰਗੀ ਪਦਵੀਆਂ ਤੇ ਚਲੇ ਜਾਂਦੇ ਨੇ ਜਾਂ ਕਹੀਏ ਕਿ ਆਪਾਂ ਜਰੂਰ ਜ਼ਿੰਦਗੀ ਦੇ ਕੋਈ ਉਹ ਮਕਾਮ ਹਾਸਲ ਕਰ ਲੈਣੇ ਆ ਕਿ ਸਾਨੂੰ ਨਾ ਤਾਂ ਆਪਦੇ ਰੋਟੀ ਪਾਣੀ ਦੀ ਫਿਕਰ ਹੈ ਤੇ ਨਾ ਹੀ ਕਿਸੇ ਪੈਸੇ ਥੇਲੇ ਦੀ ਪਰ ਫਿਰ ਵੀ ਜਦੋਂ ਉਹ ਬਹੁਤ ਘੱਟ ਲੋਕ ਹੁੰਦੇ ਨੇ ਜਿਹੜੇ ਦੂਜਿਆਂ ਬਾਰੇ ਸੋਚਦੇ ਨੇ ਤੇ ਅੱਜ ਅਜਿਹੀ ਇੱਕ ਇਨਸਾਨ ਦੇ ਨਾਲ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਹਾਲਾਂਕਿ ਤੁਸੀਂ ਸਾਰਿਆਂ ਨੇ ਵਕੀਫ ਹੋਵੋਗੇ ਕਿਉਂਕਿ ਉਹਨਾਂ ਦਾ ਵੀਡੀਓ ਪਿਛਲੇ ਦਿਨੀ ਬੜਾ ਵਾਇਰਲ ਹੋਇਆ ਅ ਜਗਵਿੰਦਰ ਜਗਵਿੰਦਰ ਸਿੰਘ ਜੀ ਨੇ ਸਾਡੇ ਨਾਲ ਪੁਲਿਸ ਦੀ ਭਰਤੀ ਨੂੰ ਲੈ ਕੇ ਬੜੀ ਜਾਣਕਾਰੀ ਉਹਨਾਂ ਨੇ ਦਿੱਤੀ ਲੋਕਾਂ ਨੇ ਪਿਆਰ ਬੜਾ ਉਹਨਾਂ ਨੂੰ ਦਿਖਾਇਆ ਤੇ ਨਾਲ ਹੀ ਦੇਖਿਆ ਜਾਵੇ ਤਾਂ ਕਈ ਚੀਜ਼ਾਂ ਸਿੱਖਣ ਨੂੰ ਵੀ ਮਿਲੀਆਂ ਆਖਰ ਲੋੜ ਕੀ ਹੈ ਇਸ ਚੀਜ਼ ਦੀ ਇਹ ਉਹਨਾਂ ਦੇ ਨਾਲ ਗੱਲ ਕਰਾਂਗੇ ਸਤਿ ਸ਼੍ਰੀ ਅਕਾਲ ਜਗਵਿੰਦਰ ਜੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾ ਇਹ ਇੰਟਰਵਿਊ ਦੇ ਕਾਬਦੇ ਸਮਝਿਆ ਜੀ ਹਾਂਜੀ ਸਰ ਜਗਿੰਦਰ ਜੀ ਦੇਖਿਆ ਵੀ ਥੋੜਾ ਵੀਡੀਓ ਦੇਖਿਆ ਸੀ ਤੁਸੀਂ ਦੱਸ ਰਹੇ ਸੀਗੇ ਕਿ ਭਰਤੀ ਨੂੰ ਲੈ ਕੇ ਕਿਉਂਕਿ ਭਰਤੀਆਂ ਨਿਕਲੀਆਂ ਹੋਈਆਂ ਨੇ ਤਾਂ ਕੀ ਪਹਿਲਾਂ ਤਾਂ ਮਨ ਦੇ ਵਿੱਚ ਆਇਆ ਕਿ ਲੋਕਾਂ ਨੂੰ ਦੱਸਿਆ ਜਾਵੇ ਕਿਉਂਕਿ ਭਰਤੀ ਤਾਂ ਕਹਿ ਦਿੰਦਾ ਅਗਲਾ ਠੀਕ ਹੈ ਪੁਲਿਸ ਦੀ ਹਰੇਕ ਨੂੰ ਨਹੀਂ ਪਤਾ ਹੋਣਾ ਪਰ ਕਈ ਚੀਜ਼ਾਂ ਇਹ ਜਿਹੀਆਂ ਹੁੰਦੀਆਂ ਨੇ ਲੋਕਾਂ ਨੂੰ ਨਹੀਂ ਪਤਾ ਹੁੰਦੀਆਂ ਮੌਕੇ ਤੇ ਜਾ ਕੇ ਵਿਚਾਰੇ ਬਹੁਤ ਸਾਰੇ ਮੁੰਡੇ ਨੇ ਜਿਹੜੇ ਰਹਿ ਜਾਂਦੇ ਨੇ ਪਹਿਲਾਂ ਤਾਂ ਇਹ ਇੱਕ ਵੀਡੀਓ ਬਣਾਉਣ ਦਾ ਉਪਰਾਲਾ ਕੀ ਹੋਇਆ ਸਰ ਪਹਿਲਾਂ ਤਾਂ ਵੀ ਪੰਜਾਬ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਹੈ ਵੀ ਲੰਬੇ ਸਮੇਂ ਤੋਂ ਭਰਤੀ ਰੁਕੀ ਹੋਈ ਸੀ ਜੀ ਪੰਜਾਬ ਸਰਕਾਰ ਨੇ ਐਲਾਨ ਕੀਤਾ ਜਿਹਦੇ ਵਿੱਚ 10000 ਪੋਸਟ ਭਰਨੀਆਂ ਪੁਲਿਸ ਵਿਭਾਗ ਦੇ ਵਿੱਚ ਤੇ ਇਹਦੇ ਵਿੱਚ ਵਿਚਾਰੇ ਸੋਚਿਆ ਜੀ ਵੀ ਕੁਝ ਲੋਕਾਂ ਨੂੰ ਨਾ ਪਤਾ ਨਹੀਂ ਲੱਗਦਾ ਵੀ ਯਾਰ ਸਾਨੂੰ ਪਤਾ ਨਹੀਂ ਲੱਗਿਆ ਜਾਂ ਸੋਸ਼ਲ ਮੀਡੀਆ ਤੇ ਨਹੀਂ ਆਇਆ ਵੀ ਅਸੀਂ ਕੀ ਕਾਗੇ ਪੱਤਰ ਪੂਰੇ ਕਰਨੇ ਨੇ ਕੀ ਕੁਆਲੀਫਿਕੇਸ਼ਨ ਹੈ ਫਿਰ ਅਸੀਂ ਸੋਚਿਆ ਵੀ ਮੈਨੂੰ ਨਾ ਪਬਲਿਕ ਪਿਆਰ ਬਹੁਤ ਦੇ ਰਹੀ ਹੈ ਕਿਉਂਕਿ ਜਿਹੜਾ ਮੇਰਾ ਪੇਜ ਚੱਲਦਾ ਜਗਵਿੰਦਰ ਸਿੰਘ ਪੰਜਾਬ ਪੁਲਿਸ ਜੀ ਮੈਂ ਸ਼ੁਰੂ ਤੋਂ ਹੀ ਸੇਵਾ ਨਾਲ ਜੁੜਿਆ ਹਾਂ ਵੀ ਮੈਨੂੰ ਇਹ ਹੁੰਦਾ ਵੀ ਯਾਰ ਜੇਕਰ ਮੇਰੇ ਮੈਸੇਜ ਦੇ ਨਾਲ ਕਿਸੇ ਦਾ ਕੋਈ ਫਾਇਦਾ ਹੋ ਜੇ ਤਾਂ ਮੈਂ ਲੋਕਾਂ ਨੂੰ ਦੱਸਾਂ ਵੀ ਤੇ ਯਾਰ ਤੁਸੀਂ ਭਰਤੀ ਦੀ ਜਿਹੜੀ ਤਿਆਰੀ ਕਰੋ ਉਹਦੇ ਵਿੱਚ ਕੀ ਕੁਝ ਦੱਸਿਆ ਗਿਆ ਉਹ ਮੈਂ ਸਾਰਾ ਕੁਝ ਬੋਲ ਕੇ ਦੱਸਿਆ ਸੀਗਾ ਜੀ ਜਿਹਦੇ ਵਿੱਚ ਜਿਵੇਂ 28 ਸਾਲ ਤੱਕ ਦੀ ਉਮਰ ਹੋਣੀ ਚਾਹੀਦੀ ਹੈ ਜੀ 18 ਤੋਂ ਲੈ ਕੇ 1 ਜਨਵਰੀ ਤੱਕ ਤੇ ਸਿਪਾਈ ਭਰਤੀ ਵਾਸਤੇ ਬੰਦਾ ਪਲੱਸ 2 ਪਾਸ ਹੋਣਾ ਚਾਹੀਦਾ ਜੀ ਸਬ ਇੰਸਪੈਕਟਰ ਤੇ ਹੈਡ ਕਾਂਸਟੇਬਲ ਦੀ ਭਰਤੀ ਹੈ ਉਹਦੇ ਵਾਸਤੇ ਬੀਏ ਪਾਸ ਹੋਣਾ ਚਾਹੀਦਾ ਜੀ ਮੁੰਡੇ ਅਤੇ ਕੁੜੀਆਂ ਠੀਕ ਹੈ ਜੀ ਜਿਹੜੀ ਹਾਈਟ ਹੈ ਮੁੰਡਿਆਂ ਦੀ ਉਹ 5 ਫੁੱਟ 7 ਇੰਚ ਹੈ ਜੀ ਕੁੜੀਆਂ ਦੀ ਹਾਈਟ ਹੈਗੀ ਹੈ 5 ਫੁੱਟ 2 ਇੰਚ ਜੀ ਇਹ ਉਹਦੇ ਵਿੱਚ ਸ਼ਰਤਾਂ ਨੇ ਜੀ ਤੇ ਉਸ ਤੋਂ ਬਾਅਦ ਜਿਵੇਂ ਐਸ ਸੀ ਬੀ ਸੀ ਜਿਹੜੀ ਕੈਟਾਗਰੀ ਆ ਗਈ ਜਨਰਲ ਕੈਟਾਗਰੀ ਜੋ ਵੀ ਆ ਜੀ ਉਹ ਸਰਕਾਰ ਦਾ ਅੱਗੇ ਕੀ ਨੋਟੀਫਿਕੇਸ਼ਨ ਆਊਗਾ ਜੀ ਉਹ ਉਹਦੇ ਵਿੱਚ ਦੱਸਣ ਪੰਜਾਬ ਸਰਕਾਰ ਫਿਰ ਸੀਐਨ ਸਾਹਿਬ ਦੇ ਪੇਜ ਤੇ ਪਾਉਣਗੇ ਡੀਜੀਪੀ ਸਾਹਿਬ ਪਾਉਣਗੇ ਉਸ ਤੋਂ ਬਾਅਦ ਜੋ ਅਸੀਂ ਸੇਵਾ ਕਰਦੇ ਅਸੀਂ ਲੋਕਾਂ ਨਾਲ ਫੇਰ ਰਾਬਤਾ ਕਾਇਮ ਕਰਾਂਗੇ ਜੀ ਤੇ ਜਿਆਦਾ ਤੌਰ ਤੇ ਕੀ ਚੀਜ਼ ਸਮਝਦੇ ਹੋ ਤੁਸੀਂ ਕਿਉਂਕਿ ਜਿਹੜੀ ਡਿਪਾਰਟਮੈਂਟਲੀ ਭਰਤੀਆਂ ਹੁੰਦੀਆਂ ਨੇ ਲੋਕਾਂ ਦਾ ਤਾਂ ਕਈਆਂ ਦਾ ਪਹਿਲੀ ਮਨੋ ਹਰ ਜਾਂਦਾ ਵੀ ਯਾਰ ਸਾਥੋਂ ਕਿ ਤਾਂ ਫਾਰਮੈਲਟੀ ਨਾ ਪੂਰੀਆਂ ਹੋਣ ਤਾਂ ਉਹ ਜਿਆਦਾ ਚੀਜ਼ ਤੁਸੀਂ ਕੀ ਸਮਝਦੇ ਹੋ ਕਿ ਲੋਕ ਕਈ ਕਿਉਂਕਿ ਤੁਸੀਂ ਵੀ ਦੇਖੀ ਹੋਣੀ ਕਈ ਵਾਰੀ ਭਰਤੀ ਵੇਲੇ ਕਈ ਚੀਜ਼ ਛੋਟੀ ਛੋਟੀ ਗੱਲ ਤੋਂ ਕੋਈ ਚੀਜ਼ਾਂ ਰਹਿ ਜਾਂਦੀਆਂ ਨੇ ਜਾਂ ਲੇਟ ਹੋ ਜਾਂਦਾ ਬੰਦਾ ਜਾਂ ਟਾਈਮ ਨਹੀਂ ਹੁੰਦਾ ਤਾਂ ਉਹ ਕੀ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਲੋਕਾਂ ਨੂੰ ਖਾਸ ਧਿਆਨ ਰੱਖਣਾ ਚਾਹੀਦਾ ਸਰ ਦੇਖੋ ਪੰਜਾਬ ਸਰਕਾਰ ਨੇ 2 ਤੋਂ 3 ਮਹੀਨੇ ਸਮਾਂ ਇਸ ਲਈ ਦਿੱਤਾ ਹੈ ਵੀ ਤੁਸੀਂ ਤਿਆਰ ਹੋ ਜਾਓ ਫਿਜ਼ੀਕਲ ਤਿਆਰੀ ਕਰੋ ਲਿਖਤੀ ਤਿਆਰੀ ਕਰੋ ਵੀ ਜੋ ਟੈਸਟ ਹੋਣੇ ਨੇ ਵੀ ਜੋ ਤੁਹਾਡੇ ਡਾਕੂਮੈਂਟਸ ਨੇ ਕੋਈ ਆਪਣਾ ਜਾਤੀ ਸਰਟੀਫਿਕੇਟ ਨੇ ਕੋਈ ਆਪਣਾ ਰੈਜ਼ੀਡੈਂਸ ਹੈ ਜੀ ਸੋਡੇ ਕੋਲੇ ਮਤਲਬ ਕਿ ਚਾਹੇ ਉਦੋਂ ਐਕਸਟਰਾ ਵੀ ਤੁਸੀਂ ਕੋਈ ਪ੍ਰੂਫ ਤਿਆਰ ਕਰ ਲਓ ਪ੍ਰੂਫ ਦਾ ਕੋਈ ਨੁਕਸਾਨ ਨਹੀਂ ਹੁੰਦਾ ਜੀ ਕਿਉਂਕਿ ਮੌਕੇ ਤੇ ਕਈ ਵਾਰ ਕੋਈ ਨਾ ਕੋਈ ਚੀਜ਼ ਰਹਿ ਜਾਂਦੀ ਹੈ ਫਿਰ ਆਪਾਂ ਕਹਿੰਦੇ ਨਾ ਯਾਰ ਸਾਨੂੰ ਕਿਹੜਾ ਪੰਜਾਬ ਸਰਕਾਰ ਨੇ ਕੋਈ ਮੈਸੇਜ ਦਿੱਤਾ ਜਾਂ ਸਾਨੂੰ ਕਿਹੜਾ ਦੱਸਿਆ ਗਿਆ ਮੈਂ ਤਾਂ ਹੁਣ ਵੀ ਬਾਰੀ-ਬਾਰੀ ਇਹ ਕਹਿੰਨਾ ਵੀ ਸੋ ਤੋਂ ਜਿੰਨੇ ਪ੍ਰੂਫ ਇਕੱਠੇ ਹੁੰਦੇ ਨੇ ਕਰ ਲਓ ਜੇ ਕੋਈ ਤੁਹਾਡੇ ਕੋਲ ਆਧਾਰ ਕਾਰਡ ਆ ਕੋਈ ਪੈਨ ਕਾਰਡ ਆ ਕੋਈ ਡਰਾਈਵਿੰਗ ਲਾਇਸੈਂਸ ਆ ਜੋ ਵੀ ਬਣਦਾ ਬਣਾ ਲਓ ਵਿੱਚ ਬਹੁਤ ਲੋਕਾਂ ਦੇ ਫੋਨ ਆ ਰਹੇ ਨੇ ਕਹਿੰਦੇ ਵੀ ਡਰਾਈਵਿੰਗ ਲਾਇਸੈਂਸ ਚਾਹੀਦਾ ਵੈਸੇ ਉਹ ਕਹਤਾ ਹੈ ਨਹੀਂ ਕਿ ਪੰਜਾਬ ਸਰਕਾਰ ਨੇ ਵਧੀਆ ਗੱਲ ਹੈ ਤੁਸੀਂ 18 ਸਾਲ ਦੀ ਉਮਰ ਪੂਰੀ ਕਰ ਲਓ ਬਹਾਨੇ ਨਾਲ ਤੁਹਾਡਾ ਲਾਇਸੈਂਸ ਹੀ ਬਣ ਜੂਗਾ ਇਹ ਨਹੀਂ ਹੈਗਾ ਵੀ ਤੁਸੀਂ ਆਹ ਭਰਤੀ ਵਾਸਤੇ ਇਹ ਸਾਰਾ ਗੁੱਸਤਾ ਕਰਨਾ ਹੈ ਭਰਤੀਆਂ ਚੱਲਦੀਆਂ ਰਹਿੰਦੀਆਂ ਨੇ ਜੀ ਕਿਸੇ ਨੇ ਪੁਲਿਸ ਦੀ ਭਰਤੀ ਦੇਖਣੀ ਆ ਕਿਸੇ ਨੇ ਫੌਜ ਦੀ ਭਰਤੀ ਦੇਖਣੀ ਆ ਕਿਸੇ ਨੇ ਟੀਚਰ ਦੀ ਭਰਤੀ ਦੇਖਣੀ ਆ ਮੈਂ ਤਾਂ ਇੱਕ ਇਹ ਕਹਣਾ ਵੀ ਇੱਕ ਫਾਈਲ ਤਿਆਰ ਕਰਕੇ ਰੱਖੋ ਜੋ ਕਿ ਡਾਕੂਮੈਂਟ ਮੌਕੇ ਸਾਨੂੰ ਭਜਣਾ ਨਾ ਪਵੇ ਕਿਉਂਕਿ ਬਾਅਦ ਦੇ ਵਿੱਚ ਅਸੀਂ ਸਰਕਾਰ ਨੂੰ ਦੋ ਦਿੰਨੇ ਆ ਪਿੰਡ ਦੀ ਪੰਚਾਇਤ ਨੂੰ ਜਾਂ ਨੰਬਰਦਾਰ ਨੂੰ ਦੋ ਦਿੰਨੇ ਆ ਮੈਂ ਤਾਂ ਇਹ ਕਹਿਣਾ ਬਾਰੀ-ਬਾਰੀ ਬੇਨਤੀ ਕਰਦਾ ਸਾਰੇ ਵੀਰਾਂ ਨੂੰ ਜੋ ਮੈਨੂੰ ਦੇਖ ਰਹੇ ਨੇ ਪਿਆਰ ਦੇ ਰਹੇ ਨੇ ਵੀ ਤੁਸੀਂ ਇੱਕੋ ਇੱਕ ਚੀਜ਼ ਪੂਰੀ ਕਰਕੇ ਰੱਖੋ ਤਾਂ ਜੋ ਕਿ ਮੌਕੇ ਤੇ ਤੁਸੀਂ ਕਿਸੇ ਨੂੰ ਗੁਨਾਹ ਕਰ ਨਾ ਕਹੋ ਕਿਉਂਕਿ ਦੇ ਹਾਂ ਕਿਉਂਕਿ ਦੇਖਿਆ ਅਲੱਗ ਕਹਿੰਦਾ ਯਾਰ ਮੌਕੇ ਤੇ ਮੈਨੂੰ ਸਰਪੰਚ ਨਹੀਂ ਮਿਲਿਆ ਮੈਨੂੰ ਨੰਬਰਦਾਰ ਨਹੀਂ ਮਿਲਿਆ ਜਾਂ ਮੈਨੂੰ ਕੋਈ ਐਮਐਲਏ ਸਾਹਿਬ ਨਹੀਂ ਮਿਲੇ ਕਿਉਂਕਿ ਜੋ ਵੀ ਕਿਸੇ ਤੋਂ ਵੀ ਕਿਸੇ ਅਫਸਰ ਤੋਂ ਕਿਸੇ ਪੰਚਾਇਤ ਮੈਂਬਰ ਤੋਂ ਸਰਪੰਚ ਤੋਂ ਕੋਈ ਵੀ ਤੁਹਾਡੀ ਚੀਜ਼ ਹੈ ਵੀ ਇਹ ਭਰਤੀ ਦੇ ਵਿੱਚ ਲੱਗਦੀ ਹੈ ਉਹ ਤੁਸੀਂ ਤਿਆਰ ਕਰਾ ਕੇ ਰੱਖੋ ਕਿਉਂਕਿ 2 ਤੋਂ 3 ਮਹੀਨਿਆਂ ਸਮਾਂ ਦਾ ਮਿੰਟੋ-ਮਿੰਟ ਲੰਘ ਜਾਂਦਾ ਆਪਾਂ ਇਹ ਕਹਿੰਦਾ ਵੀ ਮੌਕੇ ਦੇ ਇੱਧਰ ਉੱਧਰ ਨਾ ਪਸ ਸਕਣ ਲੋ ਫਿਜ਼ੀਕਲੀ ਤਿਆਰੀ ਕਰਨੀ ਲੋਕਾਂ ਨੂੰ ਕਿੰਨਾ ਕੁ ਧਿਆਨ ਦੇਣਾ ਚਾਹੀਦਾ ਬਹੁਤ ਧਿਆਨ ਦੇਣਾ ਚਾਹੀਦਾ ਜੀ ਫਿਜ਼ੀਕਲ ਤਿਆਰ ਤਾਂ ਕਿਉਂਕਿ ਵਿੱਚ ਹੁਣ ਮੈਂ ਬਾਰੀ-ਬਾਰੀ ਇਹ ਗੱਲ ਕਹਿੰਨਾ ਵੀ ਤੁਸੀਂ 네ਗੇਟਿਵ ਨਾ ਸੋਚੋ ਪੋਜ਼ਿਟਿਵ ਸੋਚੋ ਕਿਉਂਕਿ ਕੋਸ਼ਿਸ਼ ਕਰਨੇ ਵਾਲੋ ਕੀ ਕਦੇ ਹਾਰ ਨਹੀਂ ਹੁੰਦੀ ਠੀਕ ਹੈ ਜੀ ਫਿਜ਼ੀਕਲ ਦੇ ਵਿੱਚ ਜਦੋਂ ਪਹਿਲਾ ਭਰਤੀ ਹੋਈ ਸੀ 1600 ਮੀਟਰ ਰੇਸ ਸੀ ਮੁੰਡਿਆਂ ਦੀ ਉਹਦੇ ਵਿੱਚ ਹੈਗਾ ਸੀ ਸਮਾਂ 6.5 ਮਿੰਟ ਦਾ ਤੇ 800 ਮੀਟਰ ਰੇਸ ਸੀ ਕੁੜੀਆਂ ਦੀ ਜਿਹਦੇ ਵਿੱਚ ਸਮਾਂ ਸੀ 4 ਮਿੰਟ ਦਾ ਠੀਕ ਹੈ ਜੀ ਜਿਹੜਾ ਲੌਂਗ ਜੰਪ ਸੀ ਮੁੰਡਿਆਂ ਦਾ ਉਹ 12.5 ਮਰਸੀ ਲਗਭਗ ਤੇ ਹਾਈ ਜੰਪ ਸੀ ਉਹਨਾਂ ਦਾ 4 ਫੁੱਟ ਦੇ ਲਗਭਗ ਹੈ ਜੀ ਠੀਕ ਹੈ ਜੀ ਕੁੜੀਆਂ ਦਾ ਹੈਗਾ ਸੀਗਾ 10 ਫੁੱਟ ਲੌਂਗ ਜੰਪ ਲਗਭਗ ਤੇ ਜਿਹੜੀ ਉਹਨਾਂ ਦਾ ਹਾਈ ਜੰਪ ਸੀ ਉਹ ਹੈਗਾ ਸੀ 3 ਫੁੱਟ ਬਾਕੀ ਅੱਗੇ ਸਰਕਾਰ ਕੀ ਕਹਿੰਦੀ ਹੈ ਕੀ ਹਦਾਇਤਾਂ ਕੀ ਰੈਕਸ਼ਨ ਕੀ ਸਮਾਂ ਹੁੰਦਾ ਤੇ ਉਹ ਅਗਲੇ ਨੋਟੀਫਿਕੇਸ਼ਨ ਦੱਸਿਆ ਜਾਊਗਾ ਅਸੀਂ ਸਾਰਾ ਸਾਂਝ ਪਾਵਾਂਗੇ ਜੀ ਇਹ ਸਭ ਤੋਂ ਜ਼ਰੂਰੀ ਗੱਲ ਮੈਂ ਕਹਿੰਦਾ ਵੀ ਹੁਣ ਇੱਕਦਾਂ ਨੌਜਵਾਨ ਜਿਹੜੇ ਨਸ਼ੇਵਾਲੇ ਜਾ ਰਹੇ ਨੇ ਵੀ ਨਸ਼ਾ ਤਿਆਗੋ ਨਸ਼ਾ ਕਰਨ ਦਾ ਰੱਬ ਦੇ ਨਾਮ ਦਾ ਤੇ ਮਾਪੇ ਦੇ ਨਾਮ ਦਾ ਕਰੋ ਵੀ ਤੁਸੀਂ ਗਰਾਊਂਡ ਦੇ ਵਿੱਚ ਜਾਓ ਗਰਾਊਂਡ ਨੂੰ ਮੱਥਾ ਟੇਕੋ ਤੇ ਫਿਜ਼ੀਕਲ ਤਿਆਰੀ ਕਰੋ ਨੈਗੇਟਿਵ ਨਾ ਸੋਚੋ ਪੋਜ਼ਿਟਿਵ ਸੋਚੋ ਅਗਲਾ ਜੋ ਕੁਝ ਆਉਂਦਾ ਨੋਟੀਫਿਕੇਸ਼ਨਸ ਪੰਜਾਬ ਸਰਕਾਰ ਦੱਸੂ ਜੀ ਉਸ ਤੋਂ ਬਾਅਦ ਅਸੀਂ ਲੋਕਾਂ ਨਾਲ ਜਿਹੜੀ ਸੰਝ ਫੇਰ ਪਾਵਾਂਗੇ ਕਿੰਨੋ ਜੀ ਇੱਕ ਚੀਜ਼ ਹੋਰ ਦੇਖਿਆ ਜਾਵੇ ਕਈ ਵਾਰ ਲੋਕਾਂ ਕੋ ਲੋਕਾਂ ਦਾ ਜਿਹੜਾ ਹੌਸਲਾ ਟੁੱਟ ਜਾਂਦਾ ਜਾਂ ਆਮ ਸੋ ਆਪਾਂ ਸੋਨ ਨੂੰ ਮਿਲਦਾ ਤੁਹਾਨੂੰ ਵੀ ਮਿਲਦਾ ਹੋਣਾ ਕਿ ਲੋਕ ਕਹਿੰਦੇ ਨੇ ਯਾਰ ਸਰਕਾਰੀ ਨੌਕਰੀ ਆ ਭਰਤੀ ਹੋਣੀ ਆ ਵੀ ਪਤਾ ਨਹੀਂ ਪੈਸੇ ਲੱਗਣਗੇ ਅੱਗੇ ਸਾਨੂੰ ਕਿਸੇ ਨੂੰ ਕੋਈ ਸਪਾਰਸ਼ ਲੈਣੀ ਪਊਗੀ ਇਹ ਚੀਜ਼ਾਂ ਦਾ ਕਿੰਨਾ ਅਸਰ ਹੁੰਦਾ ਕਿਉਂਕਿ ਤੁਸੀਂ ਡਿਪਾਰਟਮੈਂਟ ਚੋਂ ਤੁਹਾਨੂੰ ਪਤਾ ਬਿਲਕੁਲ ਕਹਿੰਦੇ ਨੇ ਵੀਰ ਜੀ ਬਿਲਕੁਲ ਕਹਿੰਦੇ ਨੇ ਕਿਉਂਕਿ ਸਾਡੇ ਨਾਲ ਜਿਹੜੀ ਲੋ ਉਹ ਸੋਚੇ ਪੈਸੇ ਤੱਕ ਖੜ ਗਈ ਵੀ ਜਰ ਜਿਹੜਾ ਬੰਦਾ ਪੈਸੇ ਦੇਊਗਾ ਉਹੀ ਭਰਤੀ ਹੋਊਗਾ ਜੇ ਪੈਸੇ ਨਾਲ ਭਰਤੀ ਲਾਗੇ ਹੁਣ ਲੋਕ ਤਾਂ ਜਿਹੜਾ ਬੰਦਾ ਮਿਹਨਤ ਕਰਦਾ ਉਹ ਕਿੱਥੇ ਜਾਊਗਾ ਜੀ ਕੋਈ ਪੈਸੇ ਨਾਲ ਹੀ ਭਰਤੀ ਹੁੰਦੀ ਅਸੀਂ ਵੀ ਜੋ ਪੋਸਟਾਂ ਵਾਈ ਬਹੁਤ ਥੱਲੇ ਕਮੈਂਟ ਲਿਖੇ ਨੇ ਬਾਈ ਇਸ ਵਾਰ ਰੇਟ ਕੀ ਹੈ ਬਾਈ ਇਸ ਵਾਰ ਰੇਟ ਕੀ ਹੈ ਪਰ ਉਹ ਲੋਕਾਂ ਦੀ ਜਿਹੜੀ ਸੋਚ ਹੈ ਉਹ ਗਲਤ ਹੈ ਹੁਣ ਫਰਜ਼ ਕਰੋ ਇੱਕ ਬੰਦਾ ਬੀਏ ਕੀਤੀ ਹੈ ਉਹਦੇ ਕੋਲ ਇੱਕ ਕਰੋ ਜਮੀਨ ਜਾਇਦਾਦ ਹੈ ਉਹ ਪੜਨ ਚਲੋ ਠੀਕ ਠਾਕ ਹੈ ਫਿਰ ਤਾਂ ਇਹਦਾ ਮਤਲਬ ਉਹ ਜਿਹੇ ਕੋਲੇ ਉਹਦੇ ਕੋਲ 10 ਕਿੱਲੇ ਨੇ ਉਹ ਪੈਸੇ ਦੇ ਕੇ ਭਰਤੀ ਹੋਈ ਜਿਹੜਾ ਦੂਜਾ ਬੰਦਾ ਜਿਹੜਾ ਬੰਦਾ ਮਿਹਨਤ ਕਰਦਾ ਉਹ ਜ਼ਰੂਰ ਪਰਤੇ ਹੋਊਗਾ ਜਿਹੜੀ ਸਾਡੀ ਸੋਚ ਆ ਨਾ ਇਹ ਸਾਡੀ ਸਾਡੀ ਗਲਤ ਹੋ ਗਈ ਅਸੀਂ ਹੀ ਸੋਚੀ ਜਾਂਦੇ ਹੁਣ ਇਹਦੇ ਵਿੱਚ ਤੁਹਾਡੇ ਕੋਲੇ ਬਹੁਤ ਲੋਕ ਆਉਣਗੇ ਵੀ ਮੰਤਰੀ ਮੇਰਾ ਮਾਮਾ ਹੈ ਮੰਤਰੀ ਮੇਰਾ ਮਾਸੜਾ ਹੈ ਮੇਰੀ ਸੀਐਮ ਸਾਹਿਬ ਨਾਲ ਸਿੱਧੀ ਹੈ ਮੇਰੀ ਡੀਜੀਪੀ ਨਾਲ ਸਿੱਧੀ ਹੈ ਕਿਸੇ ਦੀ ਵੀਰੇ ਕਿਸੇ ਨਾਲ ਕੋਈ ਸਿੱਧੀ ਨਹੀਂ ਸਿਰਫ ਇੱਕ ਸੋਤੋਂ ਪੈਸੇ ਲੈਣ ਦਾ ਜਰੀਆ ਬਣਾਉਣਗੇ ਇਹ ਜਿਹੜੇ ਏਜੰਟ ਨੇ ਸਾਡੇ ਜਿਹੇ ਸਾਡੇ ਜਿਹੇ ਬਹੁਤ ਮਿਲਣਗੇ ਵਿੱਚ ਵੀ ਮੈਂ ਉੱਥੇ ਲੱਗਾ ਮੈਂ ਡਿਊਟੀ ਕਰਦਾ ਮੈਂ ਜਾਣਦਾ ਜੀ ਐਬੂ ਹੈ ਨਾ ਪਰ ਨਹੀਂ ਕਿਉਂਕਿ ਇਦੇ ਵਿੱਚ ਇਹ ਸਾਡੀ ਲੋਕਾਂ ਦੀ ਜਿਹੜੀ ਨੈਗੇਟਿਵ ਸੋਚ ਇੰਨੀ ਭਰੀ ਗਈ ਵੀ ਪੈਸੇ ਤੋਂ ਬਿਨਾ ਕੋਈ ਕੰਮ ਨਹੀਂ ਹੁੰਦਾ। ਹੂੰ ਇਹੋ ਜਿਹੇ ਲੋਕਾਂ ਚ ਜੇ ਕਹੀਏ ਕਿ ਚਰਚਾ ਦਾ ਹੁੰਦੀ ਹੁੰਦੀ ਨਾ ਹੁਣ ਮਾਨਸਿਕਤਾ ਦੇ ਵਿੱਚ ਸਮਾ ਗਈ ਆ ਵੀ ਜਿੰਨਾ ਚਿਰ ਪੈਸਾ ਨਹੀਂ ਸਪਾਰਸ਼ ਨਹੀਂ ਸਾਡਾ ਕਸ਼ਾਦੂ ਲੱਗੂਗਾ ਨਹੀਂ ਅੱਗੇ ਮਾਪੇ ਵੀ ਇਹੀ ਸੋਚੀ ਜਾਂਦੇ ਨੇ ਵੀ ਸਾਡਾ ਜਵਾਨ ਘਰ ਭਰਤੀ ਹੋਊਗਾ ਨਹੀਂ ਹੋਊਗਾ ਜਾਂ ਕੋਈ ਹੋਰ ਵੀ ਜਰੀ ਸਰਕਾਰੀ ਨੌਕਰੀਆਂ ਨੇ ਉਹਨਾਂ ਨੂੰ ਲੈ ਕੇ ਦਿਮਾਗ ਹੀ ਸ਼ਾਇਦ ਉੱਥੇ ਲੋਕਾਂ ਦਾ ਫਿਕਸ ਹੋ ਗਿਆ ਚੀਜ਼ਾਂ ਦਾ। ਬਿਲਕੁਲ ਹੋ ਗਿਆ ਜੀ ਫਰਜ਼ ਕਰੋ ਹੁਣ 10 ਬੰਦੇ ਨੇ। ਹੂੰ ਤੇ ਬਾਕੀ ਪੇ ਚਲੋ ਪਿਛਲੀ ਵਾਰ ਤੱਕ ਕੱਦ ਦੇ ਨੰਬਰ ਵਗੈਰਾ ਲਾ ਕੇ ਪਰਸੈਂਟ ਵਗੈਰਾ ਹਲੇ ਉਹ ਨੋਟੀਫਾਈ ਮੈਂ ਬਾਰੀ ਬਾਰੀ ਇਹ ਗੱਲ ਕਹਣਾ ਵੀ ਨੋਟੀਫਿਕੇਸ਼ਨ ਤੋਂ ਬਾਅਦ ਬਾਕੀ ਬੱਧਾ ਲੱਗੂ ਹੁਣ ਇਹ ਇੱਕ ਬੰਦੇ ਦੀ ਹਾਈਟ ਹੈ 6 ਫੁੱਟ ਵੀ ਇਹ ਕੀਤੀ ਉਹਨੇ ਤੇ 10 ਬੰਦੇ ਏਜੰਟ ਨੇ ਇਹੇ ਦੇਖਣੇ ਨੇ ਵੀ ਯਾਰ ਹਾਂ ਆ ਬੰਦਾ ਆਪਣੇ ਦਿੱਤਾ ਇਹ ਭਰਤੀ ਹੋ ਸਕਦਾ ਉਹਦੇ ਨਾਲ ਪੈਸੇ ਕਰ ਲਊਗਾ ਜੀ ਉਹ ਅੱਛਾ ਪਹਿਲਾਂ ਹੀ ਦੇਖ ਲੈਂਦਾ ਉਹ ਆਪ ਵੀ ਫਿੱਟ ਦੇਖ ਲੈਂਦੇ ਨੇ ਵੀ ਇਹ ਲੱਗ ਜੂਗਾ ਹਾਂ ਉਹ ਆਪਦੇ ਆਪ ਦੇਖ ਲੈਂਦੇ ਨੇ ਵੀ ਯਾਰ ਇਹ ਬੰਦਾ ਭਰਤੀ ਹੋ ਸਕਦਾ ਫਿਰ ਉਹਨੂੰ ਕਹਿਣਗੇ ਦਾ ਯਾਰ ਤੂੰ ਤਾਂ ਲੰਬਾ ਲੁੰਝਾ ਤੇਰਾ ਤਾਂ ਕੰਮ ਹੋ ਗਿਆ ਉਹ 10 ਬੰਦਿਆਂ ਨਾਲ ਫਾਰਜ ਕਰੋ 10-10 ਲੱਖ ਰੁਪਈਆ ਕਰ ਲਿਆ ਜੀ 1 ਕਰੋੜ ਰੁਪਈਆ ਹੋ ਗਿਆ ਹਾਂ ਉਹਦੇ ਵਿੱਚੋਂ 5 ਜਾਂ 6 ਬੰਦੇ ਆਟੋਮੈਟਿਕ ਆਪਦੇ ਦਮ ਤੇ ਭਰਤੀ ਹੋ ਜਾਣਗੇ ਉਹ ਬਣਾ ਕੇ ਆਪਦੇ ਨੰਬਰ ਬਾਅਦ ਚ ਵੀ ਮੈਂ ਕਰਾਏ ਤੁਹਾਨੂੰ ਹਾਂਜੀ ਉਹ ਨੰਬਰ ਬਣਾ ਕੇ ਵੀ 50 ਲੱਖ ਬਣ ਗਿਆ ਨੂੰ ਉਸ ਤੋਂ ਬਾਅਦ ਜਿਹੜੇ 5 ਰਹਿ ਗਏ ਉਹਨਾਂ ਤੋਂ ਨੇ 2-2 ਲੱਖ ਰੁਪਈਆ ਕੱਟ ਲੈਣਾ ਅੱਛਾ ਹਾਂ ਵੀ ਯਾਰ ਮੇਰੀ ਗੱਲ ਮੈਂ ਜੋਰ ਰਾਇਆ ਸੀ ਯਾਰ ਤੇਰਾ ਮੈਡੀਕਲ ਆ ਹੋ ਗਿਆ ਤੇਰਾ ਕਾਗਜ਼ ਨਹੀਂ ਪੂਰਾ ਸੀ ਤੇਰਾ ਪੱਤਰ ਨਹੀਂ ਪੂਰਾ ਸੀ ਯਾਰ ਜੇਬ ਉਹ ਹੈਨਾ ਦੇਖੋ 10 ਰੱਖ ਹੋ ਗਿਆ ਤੇ 50 ਰੱਖ ਹੋ ਗਿਆ 60 ਜਿਹੜੇ ਬੰਦੇ ਨੂੰ 60 ਲੱਖ ਵਿਲੇ ਨੂੰ ਮਿਲਦਾ ਜੀ ਬਿਨਾਂ ਗੱਲਬਾਤ ਤੋਂ ਉਹਨੇ ਕੀ ਲੈਣਾ ਜੀ ਫਿਰ ਮੈਂ ਬਾਰੀ ਬਾਰੀ ਕਹਣਾ ਵੀ ਵਿੱਚ ਸਾਨੂੰ ਬਹੁਤ ਲੋਕ ਲਾਲਚ ਜਾਣਗੇ ਕਿਸੇ ਦੀ ਵੀਰੇ ਕਿਸੇ ਨਾਲ ਸਿੱਧੇ ਨਹੀਂ ਤੁਸੀਂ ਇੰਨੀ ਮਿਹਨਤਾਂ ਕਰਦੇ ਹੋ ਹੱਡ ਭੰਨ ਕੇ ਕਮਾਈ ਕਰਦੇ ਹੋ ਖੇਤੀਬਾੜੀ ਕਰਦੇ ਹੋ ਕੋਈ ਪ੍ਰਾਈਵੇਟ ਜੌਬ ਕਰਦਾ ਹੈ ਕੋਈ ਪੱਠੇ ਤੇ ਜਾਂਦਾ ਵੀਰੇ ਕੋਈ ਮਨੀਮੀ ਕਰਦਾ ਹੈ ਕੋਈ ਪਰਚੂਨਾ ਦੁਕਾਨ ਤੇ ਲੱਗਿਆ ਬਹੁਤ ਮਿਹਨਤੀ ਹੈ ਬਹੁਤ ਮਿਹਨਤੀ ਲੋਕ ਪਏ ਨੇ ਜਿਹੜੇ ਮਿਹਨਤ ਕਰਦੇ ਨੇ ਮੈਂ ਵਾਰੀ ਵਾਰੀ ਕਹਿਣਾ ਵੀ ਬਸ ਇਹਨਾਂ ਠੱਗਾਂ ਤੋਂ ਬਚਿਓ ਬਹੁਤ ਸਰਕਾਰ ਦੇ ਨਾਂ ਤੇ ਮੰਤਰੀਆਂ ਦੇ ਬਹੁਤ ਸਾਡੇ ਮਹਿਕਮਿਆਂ ਦੇ ਬਹੁਤ ਠੱਗੀ ਵਜਣੀਆਂ ਵੀ ਬਚ ਕੇ ਰਹੋ ਹਾਜੂਨਤਾ ਜੀ ਇਹ ਤਾਂ ਹੋ ਗਿਆ ਪੂਰਾ ਜਿਹੜਾ ਭਾਰਤੀ ਦਾ ਸਿਲਸਿਲਾ ਤੁਸੀਂ ਦੱਸਿਆ ਤੁਹਾਨੂੰ ਅੱਗੇ ਵੀ ਮਿਲਦੇ ਰਹਿੰਦੇ ਆ ਜਿਹਾ ਜੀ ਤੁਹਾਡੀ ਸੋਚ ਆ ਕਿਉਂਕਿ ਬਹੁਤ ਸਾਰੇ ਲੋਕ ਜਦੋਂ ਅਸੀਂ ਕਈਆਂ ਨੇ ਜਿਨ੍ਹਾਂ ਨੇ ਆਪ ਔਖਾ ਸਮਾਂ ਜਾਂ ਆਪ ਮਿਹਨਤਾਂ ਕਰੀਆਂ ਹੁੰਦੀਆਂ ਨੇ ਉਹ ਲੋਕ ਕਿਤੇ ਨਾ ਕਿਤੇ ਦੂਜਿਆਂ ਬਾਰੇ ਸੋਚਦੇ ਵੀ ਨੇ ਤੇ ਨਾਲ ਨਾਲ ਉਹਨਾਂ ਨੂੰ ਹੁੰਦਾ ਯਾਰ ਵੀ ਜੇ ਮੈਂ ਕਿਸੇ ਦਾ ਫਾਇਦਾ ਕਰਦਾ ਕਿਉਂਕਿ ਨਹੀਂ ਅੱਜਕੱਲ ਕਿਸੇ ਕੋਲ ਟਾਈਮ ਨਹੀਂ ਫੋਨ ਸੁਣਨ ਦਾ ਟਾਈਮ ਨਹੀਂ ਇੰਨਾ ਤਾਂ ਮੱਥਾ ਕੋਈ ਮਾਰਦਾ ਹੀ ਨਹੀਂ ਹੈਗਾ ਤੇ ਤੁਹਾਡੀ ਜ਼ਿੰਦਗੀ ਚ ਕਿੰਨੇ ਕ ਸੰਘਰਸ਼ ਰੇਸ਼ੀ ਚੀਜ਼ ਨੂੰ ਜੀ ਦੇਖੀਏ ਉਦੋਂ ਪਹਿਲਾਂ ਕਿਉਂਕਿ ਚਲੋ ਭਾਰਤੀ ਹੋ ਗਈ ਉਸ ਤੋਂ ਬਾਅਦ ਸੰਘਰ ਅੱਖਾਂ ਜਿਹੜੀਆਂ ਪਾਣੀ ਨਾਲ ਭਰ ਜਾਣਗੀਆਂ ਵੀ ਸੰਘਰਸ਼ ਤਾਂ ਇਹਨਾਂ ਦੇਖਿਆ 1984 ਦੇ ਵਿੱਚ ਮੇਰੇ ਪਿਤਾ ਜੀ ਦਾ ਵਿਆਹ ਹੋਇਆ ਹੋਇਆ ਸੀਗਾ ਤੇ 88 ਦੇ ਵਿੱਚ ਉਹਨਾਂ ਦੀ ਡੈਥ ਹੋ ਗਈ ਸੀ ਉਹ ਵੀ ਪੰਜਾਬ ਪੁਲਿਸ ਦੇ ਵਿੱਚ ਸੀਗੇ ਜੀ ਅੱਛਾ ਹਾਂ ਸਾਡਾ ਸਭ ਤੁਹਾਡੇ ਹਾਂਜੀ ਉਹਨਾਂ ਦੀ 9 ਸਾਲ ਦੀ ਨੌਕਰੀ ਹੋਈ ਸੀ ਜੀ 88 ਦੇ ਵਿੱਚ ਉਹਨਾਂ ਦੇ ਮੋਡੇ ਦੇ ਕਰੰਟ ਲੱਗੇ ਸੀਗੇ ਸਕੂਲ ਕਰਾ ਡਿਊਟੀ ਕਰਦੇ ਸੀਗੇ ਜੀ ਤੇ ਮੈਂ ਤਿੰਨ ਸਾਲ 9 ਦਿਨਾਂ ਦਾ ਸੀਗਾ ਜੀ ਛੋਟਾ ਭਰਾ ਮੇਰਾ 1.5 ਸਾਲ ਦਾ ਸੀ ਜੀ ਤੇ ਸਾਡੀ ਮਾਤਾ ਜਾਣਦੀ ਹੈ ਜੀ ਜਾਂ ਰੱਬ ਜਾਣਦਾ ਮੈਂ ਫੁਕਰੀ ਮਾਰਾਂ ਵੀ ਮੈਂ ਆਪਣੇ ਦਮ ਤੇ ਭਰ ਮੈਂ ਮਿਹਨਤ ਕੀਤੀ ਮੈਂ ਪੜਿਆ ਜਰੂਰਾਂ ਜੀ ਮੈਂ ਸਬਜ਼ੀ ਵੇਚਦਾ ਰਿਹਾ ਜੀ ਤੇ ਪਿੰਡ ਸਾਡੇ ਸੁੰਦਰ ਸੇਠ ਹੈ ਜੀ ਮੈਂ ਉਹਦੇ ਕੋਲੇ ਬਿੱਲ ਪਰੌਣ ਤੇ ਲੱਗਿਆ ਰਿਹਾ ਉਹਨੂੰ ਪੁੱਛ ਰਿਹਾ ਜਿਉਂਦੀ ਜਾਗਦੀ ਮਸਾਲਾ ਨੰਬਰ ਦੇ ਦੂੰਗਾ ਜੀ ਮੈਂ ਸਿਰਫ ਉਹਦੇ ਕੋਲੇ ਜਾਂਦਾ ਸੀ ਮੈਨੂੰ ਕਹਿੰਦਾ ਸੀ ਬਾਬੂ ਜੀ ਮੈਨੂੰ ਰੋਟੀ ਦੇ ਦਿਓ ਮੈਨੂੰ ਪੈਸਾ ਨਹੀਂ ਚਾਹੀਦਾ ਮੈਂ ਜਿਹੜੇ ਬੰਦੇ ਸਬਜ਼ੀ ਵੇਚਦਾ ਸੀਗਾ ਸਾਡੇ ਗਮਾਰ ਦੇ ਮੁੰਡਾ ਇੱਕਦਾਂ ਨੂੰ ਜਗਰਾਜ ਹੈ ਜੀ ਇੱਕਦਾਂ ਨੂੰ ਕੁੱਕ ਮੈਂ ਉਹਨਾਂ ਤੋਂ ਸਬਜ਼ੀ ਲੈ ਕੇ ਆਉਂਦਾ ਸੀ ਵੀ ਯਾਰ ਮੈਨੂੰ ਸ਼ਾਮ ਜੋਗੀ ਸਬਜ਼ੀ ਦੇ ਦਿਓ ਮੇਰਾ ਗੁਜ਼ਾਰਾ ਹੋ ਜਾਊਗਾ ਜੀ ਮੇਰੇ ਮੈਂ ਪੜਦਾ ਰਿਹਾ ਸਰ ਸਕੂਲ ਦੇ ਵਿੱਚ ਮੈਂ ਕਾਪੀਆਂ ਲਿਖਦਾ ਸੀ 10 ਰੁਪਏ ਕਾਪੀ ਜਾਂ 5 ਰੁਪਏ ਕਾਪੀ ਪ੍ਰੈਕਟੀਕਲ ਮੈਂ ਆਪਣੀ ਫੀਸ ਸਰਕਾਰੀ ਸਕੂਲ ਵਿੱਚ ਪੜਦਾ ਰਿਹਾ ਜੀ ਜਿੰਨੀ ਹੁੰਦੀ ਸੀ ਮੈਂ ਆਪ ਭਰਦਾ ਰਿਹਾ ਜੀ ਸਰਕਾਰੀ ਸਕੂਲ ਦੀ ਫੀਸ ਵੀ ਭਰਨਾ ਵੀ ਇੰਨਾ ਔਖਾ ਹੋ ਗਿਆ ਸੀ ਉਸ ਸਮੇਂ ਦੇ ਤਰ੍ਹਾਂ ਬਿਲਕੁਲ ਸਰ ਮਾਤਾ ਨੂੰ ਪੈਨਸ਼ਨ ਮਿਲਦੀ ਸੀ 797 ਰੁਪਏ ਜੀ ਤੁਹੇ ਰਿਤੇ ਨਸੋਸ ਤਾਂ ਮੇਰੇ ਵੀ ਹਨਾ ਦੋ ਭਰਾ ਜੀ ਦਾਦਾ ਸੀਗੇ ਦਾਦੀ ਸੀਗੇ ਬਾਕੀ ਮੇਰੇ ਚਾਚਾ ਹੀ ਹੈ ਮੇਰਾ ਬਹੁਤ ਸਾਥਤਾਈ ਬਾਕੀ ਮੇਰਾ ਮੇਰਾ ਰਿਸ਼ਤੇਦਾਰ ਭੈਣ ਭਾਈ ਕੋਈ ਨਹੀਂ ਖੜਿਆ ਜੀ ਤੇ ਚਲੋ ਹੁਣ ਸ਼ੁਕਰ ਕਰਦੇ ਆਂ ਮਾਲਕ ਦਾ ਮੈਂ 2004 ਦੇ ਵਿੱਚ ਸਰ ਭਰਤੀ ਹੋਇਆ 9 ਦੇ ਵਿੱਚ ਮੈਂ ਪ੍ਰਮੋਸ਼ਨ ਟੈਸਟ ਦੇ ਵਿੱਚ ਬੈਠਿਆ ਤੇ 17 ਦੇ ਵਿੱਚ ਮੈਂ ਏਐਸਏ ਬਣਿਆ ਜੀ ਮੈਂ ਸ਼ੁਕਰ ਕਰਦਾ ਮਾਲਕ ਦਾ ਵੀ ਪ੍ਰਮਾਤਮਾ ਜਿਵੇਂ ਮੇਰੀ ਸੁਣੀ ਹੈ ਹਰ ਇੱਕ ਬੰਦਾ ਜਿਹੜਾ ਮਿਹਨਤ ਕਰਦਾ ਸੋਣ ਉਹਦੀ ਜਰੂਰ ਹੁੰਣੀ ਹੈ ਬਿਲਕੁਲ ਬਹੁਤ ਵੱਡੀ ਗੱਲ ਹੁੰਦੀ ਆ ਤਾਈਓ ਲੱਗਦਾ ਕਿ ਆਖਰਕਾਰ ਕਿਉਂਕਿ ਜਦੋਂ ਤੁਸੀਂ ਕੋਈ ਵੀ ਵੀਡੀਓ ਪਾ ਰਹੇ ਹੋ ਨਾ ਜਾਂ ਉਹ ਵੀ ਗੱਲ ਕਰਦੇ ਹੋਗੇ ਤਾਂ ਤੁਹਾਨੂੰ ਇਹ ਹੁੰਦਾ ਵੀ ਯਾਰ ਇਸ ਗੱਲ ਪਿੱਛੇ ਜਾਂ ਕਿਸੇ ਵੀ ਤਰ੍ਹਾਂ ਦਾ ਮਨਚ ਵਿਚਾਰ ਆ ਕੇ ਕੋਈ ਰਹਿ ਨਾ ਜਾਵੇ ਵੀ ਮਿਹਨਤ ਹਰੇਕ ਕਰਦਾ ਹੈ ਤਾਂ ਉਹ ਇੱਕ ਵਾਰੀ ਚਾਂਸ ਜ਼ਰੂਰ ਲਵੇ ਕਿ ਖਬਰਾ ਉਹਦਾ ਕੰਮ ਬਣ ਜਾਏ ਕਿਉਂਕਿ ਪਤਾ ਹੀ ਨਹੀਂ ਤੁਸੀਂ ਆਪ ਪਿੰਡੇ ਤੇ ਦੁੱਖ ਹੰਢਾਇਆ ਵੀ ਪਤਾ ਨਹੀਂ ਕਿੰਨੇ ਲੋਕ ਦੁੱਖ ਹੋਰ ਚੱਕੀ ਫਿਰਦੇ ਨੇ ਬਿਲਕੁਲ ਸਰ ਮੈਂ ਅਸੀਂ ਸਾਡੀ ਸਾਡੀ ਜਿਹੜੀ ਫੈਮਿਲੀ ਹੈ ਜਿਆ ਔਜਲ ਫੈਮਿਲੀ ਔਜਲਾ ਤੇ ਅਸੀਂ ਸਾਰਿਆਂ ਨੇ ਆਪਣੀ ਬਾਡੀ ਡੋਨੇਟ ਕਰੀ ਹੈ ਅੱਛਾ ਬਾਡੀ ਡੋਨੇਟ ਸਾਡੀ ਵੀ ਸਾਡੀ ਬੋਡੀ ਡੋਨੇਟ ਹੈ ਮਰਨ ਤੋਂ ਬਾਅਦ ਫਿਰ ਵੀ ਕਿਸੇ ਦੇ ਕੰਮ ਆਵੇ ਫਿਰ ਵੀ ਕਿਸੇ ਦੇ ਕੰਮ ਆਵੇ ਮੈਂ ਹਰ ਵਕਤ ਆਪਣੇ ਮੋਰਸਾਂ ਦੇ ਕਹੀ ਰੱਖਦਾ ਜੀ ਮੇਨੂੰ ਵਿੱਚ ਕਈ ਵਾਰ ਠਾਣਦਾਰ ਵੀ ਕਹਿੰਦੇ ਨੇ ਜੇ ਰਾਹ 'ਚ ਕਿਤੇ ਕੁੱਤਾ ਮਰਿਆ ਪਿਆ ਜਾਂ ਵੱਡਾ ਟੋਆ ਹੈ ਤਾਂ ਮੈਂ ਉਹਨੂੰ ਭਰ ਕੇ ਫੇਰ ਅੱਗੇ ਜਾਊਂਗਾ ਜੀ ਕਿਉਂਕਿ ਜਿੱਥੇ ਮੇਰੀ ਡਿਊਟੀ ਲੱਗਿਆ ਮੈਂ ਡਿਊਟੀ ਤੋਂ ਅੱਧਾ ਪੌਣਾ ਘੰਟਾ ਘਰੋਂ ਐਡਵਾਂਸ ਚੱਲਦਾ ਜੀ ਵੀ ਜਿੱਥੇ ਵੀ ਮੈਨੂੰ ਮੌਕਾ ਸੇਵਾ ਮਿਲਦਾ ਜੀ ਸੇਵਾ ਦਾ ਮੌਕਾ ਮਿਲਦਾ ਮੈਂ ਗਿਣਵਾਉਣਾ ਨਹੀਂ ਚਾਹੁੰਦਾ ਮੈਂ ਚਾਹੁੰਦਾ ਵੀ ਜਦੋਂ ਇਹ ਬੰਦਾ ਦੁਨੀਆ ਤੋਂ ਜਾਵੇ ਤਾਂ ਦੁਨੀਆ ਯਾਦ ਕਰ ਤੇ ਪੰਜੇ ਉਂਗਲਾਂ ਕਦੇ ਅਕਸਰ ਨਹੀਂ ਹੁੰਦੀਆਂ ਸਾਡੀ ਸੋਚ ਬਦਲ ਨਹੀਂ ਪਉ ਜੀ ਵਿਚਾਰ ਬਦਲ ਨਹੀਂ ਪਉ ਫਿਰ ਅਸੀਂ ਦੁਨੀਆ 'ਚ ਅੱਗੇ ਵਧ ਸਕਦੇ ਕਈ ਪੁਲਿਸ ਮੁਲਾਜ਼ਮਾਂ ਨੂੰ ਲੈ ਕੇ ਬਹੁਤ ਕਮੈਂਟ ਕਰ ਦਿੰਦੇ ਨੇ ਲੋਕ ਤੁਹਾਨੂੰ ਵੀ ਤੁਹਾਨੂੰ ਮਿਲਦੀ ਹੁਣੇ ਜਾਂ ਦੇਖਣ ਨੂੰ ਮਿਲਦੇ ਹੁਣੇ ਕਿ ਆ ਕਰਕੇ ਕਿਉਂਕਿ ਕਈ ਜਿਵੇਂ ਤੁਸੀਂ ਕਹਿਆ ਪੰਜੇ ਉਂਗਲੀਆਂ ਇੱਕਸਾਰ ਨਹੀਂ ਹੁੰਦੀਆਂ ਗਿਆ ਕਈ ਮਾੜੇ ਚੰਗੇ ਲੋਕ ਹਰ ਇੱਕ ਥਾਂ 'ਤੇ ਮਿਲਦੇ ਜਾਂਦੇ ਨੇ ਬਹੁਤ ਕਰਦੇ ਨੇ ਜਿ ਕਰੀ ਜਾਂਦੋ ਉਹ ਪ੍ਰਮਾਤਮਾ ਨੇ ਉਹਨਾਂ ਦੀ ਡਿਊਟੀ ਲਈ ਹੈ ਡਾਕਟਰ ਨਰਿੰਦਰ ਕਪੂਰ ਜੀ ਨੇ ਕਿਹਾ ਵੀ ਜਿਹਦਾ ਵਿਰੋਧ ਨਹੀਂ ਹੁੰਦਾ ਉਹ ਜ਼ਿੰਦਗੀ 'ਚ ਕਾਮਯਾਬ ਨਹੀਂ ਹੁੰਦਾ ਜੀ ਬਿਲਕੁਲ ਬਹੁਤ ਬ ਇਨਾਂ ਦੀ ਆਪ ਦੀ ਦੁੱਖ ਭਰੀ ਏਡੀ ਕਹਾਣੀ ਹੈ ਦੁੱਖ ਭਰੀ ਨਹੀਂ ਖੈਰ ਹੋ ਉਹ ਚੀਜ਼ ਦੀ ਮਿਸਾਲ ਹੈ ਕਿ ਜਦੋਂ ਬੰਦਾ ਮਿਹਨਤੀ ਹੁੰਦਾ ਤਾਂ ਮਿਹਨਤੀ ਨੂੰ ਫਲ ਜ਼ਰੂਰ ਪੈਂਦਾ ਤੇ ਜਿਵੇਂ ਭਾਰਤੀ ਬਾਰੇ ਇਹਨਾਂ ਨੇ ਦੱਸਿਆ ਤੇ ਉਹ ਗੱਲ ਬਿਲਕੁਲ ਜੇ ਕਹਈਏ ਕਿ ਇੱਕ ਤਾਂ ਹੁੰਦਾ ਅਗਲਾ ਕਹਿੰਦਾ ਵੀ ਯਾਰ ਨਹੀਂ ਕਿਉਂਕਿ ਇਹ ਆਪ ਮਲਾਜਮ ਨੇ ਵੀ ਨਹੀਂ ਉੱਥੇ ਪੈਸੇ ਨਹੀਂ ਚੱਲਦੇ ਤੁਸੀਂ ਜਾਓ ਕਿਉਂਕਿ ਆਮ ਤੌਰ ਤੇ ਇਹ ਗੱਲ ਕਹਿੰਦੇ ਸੰਦਿਆਂ ਪਰ ਜਿਹੜਾ ਤਰਕ ਇਹਨਾਂ ਨੇ ਦਿੱਤਾ ਉਹ ਤਰਕ ਹਰੇਕ ਦੇ ਦਿਮਾਗ 'ਚ ਬੈਠਣਾ ਚਾਹੀਦਾ ਵੀ ਹੈ ਤੇ ਬੈਠਦਾ ਵੀ ਹੈ ਕਿ ਆਖਰਕਾਰ ਜਿਹੜੇ ਤੁਸੀਂ ਆਪ ਮਿਹਨਤ ਕਰਕੇ ਜਦੋਂ ਤੁਸੀਂ ਆਪ ਕਿਸੇ ਹਰ ਇੱਕ ਚੀਜ਼ ਵਾਸਤੇ ਫਿੱਟ ਹੁੰਦੇ ਦਿਖ ਉਹ ਏਜੰਟ ਨੇਗੇ ਉਹ ਪਹਿਲਾਂ ਆਪਾਂ ਭਾਫ ਲਾਉਂਦੇ ਨੇ ਕਿਉਂਕਿ ਕਲਾਕਾਰੀ ਸ਼ਾਇਦ ਉਹਨਾਂ ਦੀ ਹੀ ਇਸੇ ਕੰਮ ਦੀ ਆ ਤਾਂ ਇਹ ਚੀਜ਼ਾਂ ਤੋਂ ਬਚ ਕੇ ਮਿਹਨਤ ਦੇ ਫੁੱਲ ਜ਼ਰੂਰ ਪੈਂਦੇ ਨੇ ਤਾਂ ਉਹੀ ਜੋਗਿੰਦਰ ਹੋਰਾਂ ਦੀ ਵੀ ਜਿਹੜੀ ਸੋਚ ਆ ਤਾਂ ਉਹੀ ਅਸੀਂ ਵੀ ਅਪੀਲ ਕਰਾਂਗੇ ਕਿ ਆਖਰ ਜਿਵੇਂ ਵੀਰ ਹੋਰਾਂ ਨੇ ਕਿਹਾ ਤਾਂ ਲੋਕਾਂ ਨੂੰ ਜਦੋਂ ਮਿਹਨਤ ਕਰਕੇ ਅੱਗੇ ਜਾਣਗੇ ਤਾ ਜ਼ਰੂਰ ਨੰਬਰ ਲੱਗੂ ਇਸ ਵਾਰ ਨਹੀਂ ਤਾਂ ਫੇਰ ਅੱਗੇ ਲੱਗੂ ਪਰ ਮਿਹਨਤ ਨਹੀਂ ਛੱਡਣੀ ਚਾਹੀਦੀ ਤੇ ਜਿਹੜਾ ਇੱਕ ਦਿਮਾਗ 'ਚ ਲੋਕਾਂ ਦੀ ਮਾਨਸਿਕਤਾ ਬਣ ਗਈ ਕਿ ਪੈਸਾ ਸਪਾਰਸ਼ੀ ਸਭ ਕੁਝ ਕਰਾਊਗੀ ਤਾਂ ਉਹ ਵੀ ਕਦੇ ਸੱਚੀ ਨਹੀਂ ਹੈਗੀ ਸਲਾਮ ਹੈ ਜੇ ਵੀਰਾਂ ਨੂੰ ਕਿਉਂਕਿ ਜਿਵੇਂ ਇਹਨਾਂ ਨੇ ਦੱਸਿਆ ਕਿ ਹੁਣ ਵੀ ਜਦੋਂ ਜਾਂਦੇ ਨੇ ਤਾਂ ਇਹ ਸੰਗ ਨਹੀਂ ਵੀ ਥਾਣੇਦਾਰ ਆਕਰ ਕਹੀ ਚੱਕ ਕੇ ਕੀ ਕਰੀ ਜਾਂਦਾ ਤਾਂ ਇਹ ਬਹੁਤ ਘੱਟ ਲੋਕਾਂ ਦੀ ਸੋਚ ਆ ਪਰ ਬੜਨੀ ਹਰੇਕ ਦੀ ਚਾਹੀਦੀ ਆ ਇਹ ਉਮੀਦ ਕਰਾਂਗੇ ਕਿ ਵੀਰਾਂ ਹੋਰਾਂ ਨੂੰ ਹੋਰ ਅੱਗੇ ਚੜ੍ਹਦੀ ਕਲਾ 'ਚ ਰੱਬ ਰੱਖੇ ਕਿਉਂਕਿ ਅਜਿਹੀ ਲੋਕਾਂ ਦੀ ਲੋੜ ਹੈ ਕਿ ਜਦੋਂ ਸਮਾਜ ਦੇ ਵਿੱਚ ਉਹ ਬਾਕੀਆਂ ਨੂੰ ਨਾਲ ਲੈ ਕੇ ਅੱਗੇ ਸੋਚਦੇ ਨੇ ਜੋ ਕਿ ਬਹੁਤ ਘੱਟ ਨੇ ਸੀਨੀਅਰ ਵੀਡੀਓ ਜਰਨਲਿਸਟ ਕਮਲ ਦੇ ਨਾਲ ਸੁਮੇਤ ਸਿੰਘ ਡੇਲੀ ਪੋਸਟ ਪੰਜਾਬੀ ਚੰਡੀਗੜ੍ਹ